ਡੈਡੀ ਨਾਲ ਤੇ ਤੁਸੀਂ ਛੋਲੀਆਂ ਕੱਢ ਰਹੇ ਸੀ ਰਾਤੀ ਕਾਹਤੋਂ ਚੱਕਣ ਆ ਗਏ ਜੀ ਬੇਟਾ ਘਟ ਗਿਆ ਕੁਛ ਉਹ ਆਪਾਂ ਨੇ ਗਮੰਡੀਆਂ ਨੂੰ ਦੇਤਾ ਬੜਾ ਜੂਬਾ ਹੋਇਆ ਮੈਂ ਤਾਂ ਮੇਰੀ ਮੰਮੀ ਕਹਿੰਦੀ ਆ ਆਪਣੇ ਨਾਲ ਬੀਜੀ ਵਾਲੇ ਕਹਿੰਦੇ ਨੇ ਤੇ ਮੰਮੀ ਕਹਿੰਦਾ 5-6 ਦਿਨਾਂ ਦੀ ਕਹਿੰਦੀ ਆ ਵੀ ਮੈਨੂੰ ਛੋਲੀਆਂ ਲਿਆ ਦੇ ਮੇਰੇ ਨਾਨਕਿਆਂ ਵੱਲ ਹੁੰਦਾ ਸੀਗਾ ਉਹ ਮੈਂ ਹਾਕਮਾ ਆ ਤਾਂ ਕਹਿੰਦਾ ਗੱਲ ਬਣ ਗਈ ਆ ਤੈਨੂੰ ਤੇ ਮੈਂ ਵੀ ਡੈਡੀ ਕਾਫੀ ਦਿਨਾਂ ਦੀ ਵੇਟ ਕਰ ਰਹੀ ਸੀ ਛੋਲੀਆਂ ਕਦੋਂ ਮਿਲੂਗਾ ਜੀ ਆ ਜਾ ਪੁੱਤਰ ਚੱਪਣ ਕੱਦੂ ਦੀਆਂ ਪੁੱਤਰ ਬੇਲਾਂ ਕਿੱਡੀਆਂ ਕਿੱਡੀਆਂ ਹੋ ਗਈਆਂ ਹੈ ਆ ਦੇਖ ਨਾਲ ਮੈਂ ਮੱਕੀ ਲਾਤੀ ਆ ਬੇਲਾਂ ਹੋ ਗਈਆਂ ਹਾਂਜੀ ਅਰੇ ਬੇਟਾ ਬਤਾਉਂ ਚਾ ਯੂਨੀਵਰਸਿਟੀ ਜੋ ਬੂਟਾ ਲੈ ਇੱਕ ਬੂਟਾ 25 ਰੁਪਏ ਦਾ 25 ਰੁਪਏ ਦਾ ਜੀ ਆ ਸ਼ਿਮਲਾ ਮਿਰਚ ਇਹ ਵੀ ਬੂਟਾ 25 ਰੁਪਏ ਦਾ ਆ ਸ਼ਿਮਲਾ ਮਿਰਚ ਦਾ ਜੀ ਹਾਂ ਆ ਤੇ ਲੱਗੀਆਂ ਹੋਈਆਂ ਸ਼ਿਮਲਾ ਮਿਰਚ ਲੱਗੀਆਂ ਲਗਾਈਆਂ ਹੀ ਆਈਆਂ ਹਾਂ 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 ਲੱਗੀਆਂ ਹੋਈਆਂ ਹੁਣ ਆਪਾਂ ਛੋਲੀਆਂ ਵਧੀਆ ਛੋਲੀਆਂ ਦੇਖਾ ਇਹ ਮੈਂ ਸਾਗ ਚ ਪਾਉਣ ਵਾਸਤੇ ਬੀਜਿਆ ਸੀਗਾ ਅੱਛਾ ਜੀ ਇਹ ਹੁਣ ਡੜੀ ਉੱਪਰ ਦੀਆਂ ਹੋਲਾਂ ਵੀ ਬਣਾ ਸਕਦੇ ਆ ਉਹ ਅੱਗ ਜਲ ਕੇ ਹਾਂ ਥੋੜਾ ਜਿਹਾ ਰੱਖ ਲਿਓ ਡੜੀ ਆਪਾਂ ਹੋਲਾਂ ਬਣਾਵਾਂਗੇ ਜੀ ਆ ਬੇਟਾ ਆਪਣੇ ਕੋਲ ਬਹੁਤ ਪਿਆ ਉਧਰ ਇੰਨਾ ਕੁ ਲੈ ਚੱਲਦੇ ਆ ਕੱਢ ਲਿਆ ਕੁਛ ਉਹਨੂੰ ਮੁੰਡੇ ਨੂੰ ਦੇਣ ਕਰਕੇ ਡੜੀ ਉਹ ਮੁੱਲ ਦੀ ਤਾਂ ਜੇ ਆਪਾਂ ਇੱਕ ਗੁੱਟੀ ਜੀ ਲਿਆਉਣੀ ਉਹ ਵੀ ਖਾਸੀ ਮਹਿੰਗੀ ਮਿਲਦੀ ਆ ਜੀ ਬੇਟਾ ਆਪਾਂ ਤਾਂ ਕਦੇ ਲਈ ਨਹੀਂ ਵੀ ਕੀ ਰੇਟ ਮਿਲਦੀ ਆ ਦਰਾਹੇ ਵੇਚਦੇ ਨੇ ਹੁਣ ਤਾਂ ਡੜੀ ਰੇਟ ਦਾ ਪਤਾ ਨਹੀਂਗਾ ਪਹਿਲਾਂ ਲੈਂਦੇ ਹੁੰਦੇ ਸੀ ਕਈ ਵਾਰ ਇੰਨਾ ਕਿ ਮੇਰੇ ਆਉਂਦੀ ਨੂੰ ਘਰਦਿਆਂ ਨੇ ਕੱਢ ਲਿਆ ਮੈਂ ਉੱਥੇ ਮੰਮੀ ਨੂੰ ਕਦੋਂ ਦੀ ਹਾਕਾਂ ਮਾਰੀ ਆਨੀ ਆ ਮੰਮੀ ਮੰਮੀ ਘੰਟਾ ਹੋ ਗਿਆ ਜੀ ਮੈਂ ਤੈਨੂੰ ਪੁੱਤਰ ਦੱਸ ਕੇ ਤਾਂ ਆਈ ਸੀ ਵੀ ਮੈਂ ਪਿੱਛੇ ਚੱਲੀ ਮੈਨੂੰ ਲੱਗਿਆ ਮੰਮੀ ਵੀ ਕਿਤੇ ਉਹੀ ਗਏ ਆ ਗੇੜਾ ਮਾਰਨ ਵੀ ਬਾਅਦ ਚੋਂ ਆ ਜਾਓਗੇ ਲੱਗੇ ਸੀ ਫੌਜੀ ਸਾਹਿਬ ਮੈਨੂੰ ਇਹ ਸੀ ਜਿਵੇਂ ਪ੍ਰੈਸ ਛੱਡ ਕੇ ਆ ਗਈ ਤਾਂ ਫਿਰ ਵੀ ਬੰਦਾ ਜੇ ਕੰਮ ਛੱਡ ਦੇ ਉੱਥੇ ਹੀ ਰੁਕ ਜਾਂਦਾਗਾ ਬਹੁਤ ਭਰੇ ਹੋਏ ਨੇ ਦੇਖ ਲੈ ਬੇਟਾ ਐਂ ਤੇ ਆਪਣੇ ਮਟਰ ਘੱਟ ਹੋਏ ਨੇ ਆਪਣੇ ਛੋਲੀਆਂ ਨੇ ਕਮੀ ਪੂਰੀ ਕਰਤੀ ਅੱਛਾ ਤੂੰ ਆਰਾਮ ਕਰ ਠੀਕ ਆ ਤੇਰਾ ਉਹ ਤਕਲੀਫ ਨਾ ਹੋਵੇ ਮੈਂ ਕੱਢ ਦੇਣੀ ਇੱਕ ਘੰਟਾ ਹੋ ਗਿਆ ਮੈਨੂੰ ਬਿਠਾਇਆ ਨਾ ਉਹਦੇ ਡੈਡੀ ਨੂੰ ਮੈਂ ਕਿ ਇਹ ਮੂੰਹ ਨੂੰ ਲੱਗੇ ਬਹੁਤ ਮਾੜੇ ਨੇ ਕੱਚੇ ਕੱਚੇ ਵਾਲੇ ਵਾਲੇ ਸਵਾਲ ਲੱਗਦੇ ਆ ਜੀ ਅੱਛਾ ਝੂਠੇ ਕਹਿ ਦਿੰਦੇ ਨੇ ਹੋਗੇ ਡੈਡੀ ਜਦ ਤੋਂ ਅੱਗੇ ਵਰਤੇ ਜਾਣਗੇ ਜੀ ਵਰਤੇ ਜਾਣੇ ਨੇ ਇਹ ਮੂੰਹ ਨੂੰ ਲੱਗੇ ਬਹੁਤ ਆ ਛੋਟੇ ਜਿਹੇ ਵੀ ਨੇ ਜਿਹੜੀ ਜਿਹੜੀ ਛੋਟੇ ਹੁੰਦੇ ਆ ਨਾ ਜੀ ਉਹ ਵਾਲੇ ਸਵਾਲ ਲੱਗਦੇ ਆ ਖਾਣ ਇੱਥੇ ਹੁੰਦੇ ਨੇ ਉਹਨਾਂ ਚ ਮਿਠਾਸ ਵਾਲੀ ਹੁੰਦੀ ਆ ਤੇ ਮੈਂ ਤੇ ਤੇਰੀ ਮੰਮੀ ਨੇ ਖਾਦਾ ਨਹੀਂ ਕੋਈ ਨਾ ਹਾਂ ਦੇਖਾ ਮਿੱਠੇ ਹੁੰਦੇ ਨੇ ਤੂੰ ਡੈਡੀ ਨੇ ਵੀ ਖਾਈ ਲੈਣੇ ਸੀ ਪਤਾ ਨਹੀਂ ਕਿਵੇਂ ਨਹੀਂ ਖਾਦੇ ਹੁੰਦੇ ਨੇ ਨਾ ਮਟਰ ਨਾ ਮੈਂ ਮਟਰ ਤਾਂ ਜੀ ਕੱਚੇ ਘੱਟ ਖਾਣੀ ਆ ਛੋਲੀਆ ਤਾਂ ਬਹੁਤ ਖਾਣੀ ਆ ਕਰਕੇ ਨਹੀਂ ਖਾਦੇ ਮੈਂ ਕਿਤੇ ਝੂਠੇ ਨਾ ਹੋ ਜਾਵੇ ਪੁੱਛ ਲੈ ਜਦ ਆਪਾਂ ਨੇ ਛੋਲੀਆ ਬੰਦ ਦਿੱਤਾ ਨਾ ਫੌਜੀ ਸਾਹਿਬ ਨੂੰ ਉਹ ਕੀ ਕਹਿੰਦਾ ਸੀਗਾ ਉਹ ਕਹਿੰਦਾ ਸੀ ਵੀ ਮੰਮੀ ਕੋ ਪਰਸੋਂ ਦੀ ਮਗਰ ਪਈ ਹੋਈ ਆ ਕਹਿੰਦਾ ਤਾਂ ਤੁਸੀਂ ਸਾਡੇ ਦਿਲ ਦੀ ਗੱਲ ਕੁਝ ਨਹੀਂ ਡੈਡੀ ਕਹਿੰਦੇ ਮੈਨੂੰ ਹਵਾ ਚ ਆਵਾਜ਼ ਆ ਗਈ ਜਿਹਦੀ ਉਹ ਹੋਵੇ ਰੂਹ ਹੋਵੇ ਚੀਜ਼ ਮਿਲ ਹੀ ਜਾਂਦੀ ਆ ਪੁੱਤਰ ਇੱਕ ਮੇਰੀ ਰੂਹ ਸੀ ਇੱਕ ਆਂਟੀ ਦੀ ਹੋਣੀ ਹੈਗੀ ਬੀਜੇ ਵਾਲੀ ਦੀ ਇੱਕ ਹੁਣ ਬੀਬੀ ਪਾਲਕ ਲੈਣ ਵੀ ਆ ਰਹੀ ਆ ਕੱਲ ਨੂੰ ਆਉ ਹੁਣ ਤਾਂ ਕੰਮ ਕਰਦੀ ਆ ਪਿੰਨੀਆਂ ਬਣਾਉਣ ਲੱਗੀ ਹੋਈ ਆ ਅੱਛਾ ਅੱਛਾ ਕਹਿੰਦੀ ਗੈਸਟ ਖਵਾ ਰਹੀ ਆ ਮੈਂ ਕਿਹਾ ਲੈ ਅੱਜ ਕੱਲ ਦੇ ਜਮ ਉਹਦੇ ਚ ਮੌਸਮ ਚ ਮੇਰੇ ਜਵਾਨੇ ਜਾ ਜਾ ਉਹ ਆਪਣੀ ਵੀ ਕਈ ਪਿੰਨੀਆਂ ਪਈਆਂ ਨੇ ਮੈਂ ਮੈਨੂੰ ਪੁੱਤ ਡੈਡੀ ਠੀਕ ਹੋ ਜੂਵੇ ਪਿੰਨੀਆਂ ਤਾਂ ਮੈਂ ਖਾ ਲੂੰਗਾ ਟੀ ਦੇ ਨਾਲ ਇੱਕ ਟੁਕੜੀ ਪਰ ਗੁੜ ਬੰਦਾ ਹੋ ਗੁੜ ਖਾਈ ਜਾਂਦੇ ਆ ਗੁੜ ਖਾਦੇ ਤਾਂ ਮੈਨੂੰ 2-3 ਦਿਨ ਹੋ ਗਏ ਮੈਂ ਕਿ ਨਾਲੇ ਪੁਦੀਨਾ ਤੋੜ ਲਾ ਪੁੱਤਰਾ ਨਾਲੇ ਹਰੇ ਹਰੇ ਪਿਆਜ਼ ਥੋੜਾ ਜਿਹਾ ਧਨੀਆ ਤੋੜ ਲਾ ਚਟਨੀ ਕੁੱਟਣੀ ਆ ਆਪਾਂ ਨੇ ਆ ਵੀ ਪਾ ਲਾਂਗੇ ਜੀ ਛੋਲੀਆਂ ਵੀ ਵਿੱਚ ਇਹ ਪਾ ਲੈਂਦੇ ਨੇ ਮੰਮੀ ਅਸੀਂ ਤਾਂ ਬਹੁਤ ਪਾਉਣੇ ਆ ਜੀ ਤੇ ਇੰਨੀ ਫੇਮਸ ਚਟਨੀ ਆ ਜੀ ਭਾਈ ਹੁਣ ਸਾਨੂੰ ਮੁਕਸਰ ਦੀਆਂ ਅੱਧੀਆਂ ਚੀਜ਼ਾਂ ਦਾ ਪਤਾ ਲੱਗਦਾ ਨਾ ਹੁਣ ਮੈਂ ਕਿਹਾ ਅਸੀਂ ਤਾਂ ਨਹੀਂ ਕਦੇ ਪਾਈ ਡੈਡੀ ਛੋਲੀਆਂ ਦੀ ਰੁੱਤ ਚ ਸਾਡੇ ਘਰ ਦੇ ਤਾਂ ਤੁਹਾਨੂੰ ਦੱਸਿਆ ਸੀਗਾ ਨਾ ਛੋਲੀਆਂ ਦੀ ਸਬਜ਼ੀ ਲਾਈਕ ਨਹੀਂ ਕਰਦੇ ਸਬਜ਼ੀ ਪਰ ਛੋਲੀਆਂ ਦੀ ਚਟਨੀ ਬਹੁਤ ਖਾਂਦੇ ਆ ਜੀ ਉਹਨੇ ਦਾ ਸੀਗਾ ਮੰਮੀ ਉਹਨਾਂ ਨੂੰ ਦੇ ਦਿੰਦੇ ਆਪਾਂ ਪੁੱਤ ਖੰਬੜੇ ਪਾਉਂਦੇ ਖੰਬੜੇ ਪਾਉਂਦੇ ਹੋਣਗੇ ਪਹਿਲਾਂ ਮੈਂ ਉੱਥੇ ਬਹੁਤ ਬੀਜਦੇ ਹੁੰਦੇ ਸੀ ਜਦੋਂ ਅਸੀਂ ਛੋਟੇ ਸੀ ਅੱਛਾ ਜੀ ਇੰਨੀਆਂ ਕਿ ਅਸੀਂ ਹੋਲਾ ਖਾਣੀਆਂ ਇੱਥੇ ਤੱਕ ਮੂੰਹ ਬੁਰੇ ਹਾਲ ਬਣ ਕੇ ਦਿਹਾੜੇ ਮੰਮੀ ਮੂੰਹ ਕਿੰਨਾ ਲਿਬੜਦਾ ਹੁੰਦਾ ਸੀਗਾ ਨਾ ਜੀ ਮਜ਼ਾ ਬਹੁਤ ਆਉਂਦਾ ਹਾਂਜੀ ਖਾਣ ਦਾ ਅੰਦਰ ਤਾਂ ਕੁਝ ਨਹੀਂ ਆਪਣੇ ਆਪਣੇ ਹੋਣੋਂ ਹਟ ਗਏ ਮੈਂ ਹਾਂਜੀ ਇਹ ਤਾਂ ਜਦ ਤੂੰ ਆਪਾਂ ਨੇ ਜਗ੍ਹਾ ਲਈ ਆ ਮੈਂ ਹੀ ਉਹ ਛੋਲੀਆ ਬੀਜ ਦਊਂਗਾ ਅੱਛਾ ਜੀ ਗੱਲ ਇਹਨਾਂ ਮੈਂ ਸਾਗ ਚ ਪੈ ਜਾਂਦਾ ਨਾਲੇ ਸਾਗ ਚ ਪੈ ਜਾਂਦਾ ਮਗਰੋਂ ਸਬਜ਼ੀ ਬਣਾ ਲੈਂਦੇ ਪਰ ਮੰਮੀ ਹੋਲਾ ਦਾ ਜੀ ਬਾਲੀਆਂ ਯਾਦ ਆਉਂਦੀਆਂ ਬਾਲੀ ਨਜ਼ਾਰੇਦਾਰ ਚੀਜ਼ ਸੀ ਹੋਲਾ ਅਸੀਂ ਖਾਂਦੇ ਹੁੰਦੇ ਸੀ ਉੱਥੇ ਪਿੰਡ ਆ ਦਰਸ਼ਨ ਇਹ ਜਿਹੜੀਆਂ ਹੁੰਦੀਆਂ ਸੀ ਇਹਨਾਂ ਨੂੰ ਕਾਹਦੇ ਤੇ ਪੁੰਦੇ ਹੁੰਦੇ ਸੀ ਅੱਗ ਲਾ ਡੈਡੀ ਇਹ ਜੀ ਹੁਣ ਆਹ ਇਹਨਾਂ ਦਾ ਹੀ ਆ ਫੂਸ ਜਿਹਾ ਹੁੰਦਾ ਥੋੜਾ ਜਿਹਾ ਫੂਸ ਨੂੰ ਅੱਗ ਲਾ ਕੇ ਬਸ ਨਾਲ ਹੀ ਇਹਨੂੰ ਅੱਗ ਚੜ ਜਾਣੀ ਆ ਮੇਰੀ ਦਾਦੀ ਜੀ ਥੋੜੀਆਂ ਕਿ ਛਟੀਆਂ ਜੀਆਂ ਬਸ ਨਾਲ ਰੱਖ ਲੈਂਦੇ ਸੀਗੇ ਜੀ ਹੋਲਾ ਨਹੀਂ ਮੈਂ ਪਰ ਅਸੀਂ ਬਣਾ ਅਸੀਂ ਸਾਡੇ ਹੁੰਦਾ ਨਹੀਂ ਖਰਾ ਸੀਗਾ ਤਾਂ ਮੈਂ ਬੀਜਣ ਲੱਗਾ ਡੈਡੀ ਇੰਨੀਆਂ ਖਾਦੀਆਂ ਜੀ ਮੈਂ ਤਾਂ ਮੰਮੀ ਨੂੰ ਹੱਸਦੀ ਸੀਗੀ ਮੈਂ ਕਿਹਾ ਦਾਦੀ ਦੇ ਨਾਲ ਹੀ ਚਲੀਆਂ ਗਈਆਂ ਹੋਲਾ ਵੀ ਕੱਲ
अच्छा जी मूंगफली वालियां नहीं खादियां जी कदे कच्ची मूंगफली दियां मैं कहना इन्हां तो भी 100 गुना वध स्वाद ओह कदे नहीं खा के देखियां असीं मामा जी उहनां दी रोटी लै के जाणी हां जी उत्थे भुन के फेर खा के आणे मैं हुंदे सी कि मामे दी छोटी कुड़ी हुंदी सी रेतली नी हैगी जी अपनी मिट्टी दूजी आ जमदी आ रेतली मिट्टी च हुंदियां ने डैडी डैडी सच तुसीं नरमा भी बीजना सीगा जी डैडी जी ना ट्राला चलाउण ना अमरीका जान ना मैं नहीं कहदा मेरा लड़का ओ अपनी मर्जी जेड़ा दोस बगानी धी ते लग जांदा ए ते है जी भी ते छड़ाती ते आए करता ओ नहीं आपां ने गल करनी बच्चा केड़ा बिना पैसे तो वधिया एक गल है जी मम्मी तुसी डैडी दी गल ध्यान ना सुनी अज डैडी ने एवं भी कहा भी ना मैं मन्नी आ कदे गल ओहदी घर वाली नौकरी करन छड्डन वास्ते ठीक है जी सारे नु पता लग जूगा भी मन्नदे नहीं हुंदे भाई हां भगत हां ते मैं तां हुण मम्मी ने कहा मन्नी आ मैं इहनू कहा भी हट जा मैं कर दिंदा थक ना आ ते गलत गल है ते तुसी देखो मैनू कद्दे लाया होया मैं तां मम्मी दा फोन भी नहीं चक्किया जी फोन दे 5 कॉल आ नहीं मम्मी ओ भी सीगा नेड़े तेड़े भी मैं क्या मैं ओही गल जी मैं क्या काम छड़ के कानू जाना जे लम्मी पींग पै गई औखा हो जूगा ठीक है जी हुण बिजी चलदी है किधर ऊपर ला ले आना ताई ने ते चल चाची ने ताई ताई कौन है ना अच्छा अच्छा की कह रही थी ये मेरी गल ही नहीं हुई मम्मी ताई जी बाद च मिलनी नहीं आए जी ब्याह बाद ताई दी दो भाई पापा लेके आउन टाइम नहीं लगदा की करन पापा जे पा ताई कहूगी पापे नु 100 गिरी तां पापा कीड़ा मानदा पापे कोल काम बहुत हुंदे ने गोभी भी तां हुण बताऊं लाए हुए ने पापा नु टाइम घट टाइम घट आ कल्ला सनी बाहर किन्नी वारी सोचया गया नी मैं तां भी मैं जाणा जाणा अगे टेंपू आउंदे हुंदे टेंपू भी हुण बहुत घट गए डैडी आपा भी किन्ने वारी प्लानिंग कीती है जी जा अपने तो भी नहीं होया जी आपा दूजे दिन तां कह देने मेरे 4-5 ने अंबाले जाके आउणा डैडी तां जाए आउंदे ने थोड़े दिन मैं आपा ही नहीं जा सकदे डैडी जी मेनू भी मिला लिया ताई जी नाल ਪੁੱਤਰਾ ਚਲੋ ਤੁਹਾਨੂੰ ਕਿਤੇ ਮਨ ਇਹ ਤਾਂ ਸਾਡੇ ਬੱਚੇ ਕਹਿ ਦੇਣਾ ਵੀ ਜਾਣਾ ਅਸੀਂ ਉਹਨਾਂ ਨੂੰ ਕਰ ਜਵਾਬ ਦੇ ਸਕਦੇ ਰਵੀ ਆਊਗਾ ਫਿਰ ਮੈਂ ਕਹੂੰਗਾ ਭਾਈ ਤੂੰ ਰਵੀ ਨਾਲ ਜਾ ਹੁਣ ਜਾ ਰਵੀ ਨਹੀਂ ਨਹੀਂ ਡੈਡੀ ਤੂੰ ਮਾਰ ਲੈ ਡੈਡੀ ਉਹ ਤਾਂ ਰਿਸ਼ਤੇਦਾਰੀਆਂ ਜਾਣ ਚ ਬਹੁਤ ਜੀ ਨਹੀਂ ਸ਼ੁਰੂ ਤੇ ਪੁੱਤਰਾ ਤਾਂ ਫੋਨ ਵੀ ਨਹੀਂ ਚੱਕਦਾ ਉਹ ਭਾਈ ਉਹਨਾਂ ਦੀਆਂ ਦੋ ਰਿਸ਼ਤੇਦਾਰੀਆਂ ਹੀ ਮੇਨ ਸੀਗੀਆਂ ਮੈਂ ਹਾਂਜੀ ਇੱਕ ਮੇਰੇ ਨਾਨਕੇ ਇੱਕ ਉਹਨਾਂ ਦੇ ਨਾਨਕੇ ਮੰਮੀ ਹੁਣ ਇੱਕ ਸਹੁਰੇ ਜੀ ਸਹੁਰੇ ਤੋਂ ਹੀ ਐਵੇਂ ਨੇ ਮਾਸੀਆਂ ਕੋਲ ਵੀ ਬਹੁਤ ਘੱਟ ਮਾਸੀਆਂ ਕੋਲ ਜੇ ਗਏ ਨੇ ਕਦੇ ਰਾਤ ਨਹੀਂ ਰਹੇ ਅੱਛਾ ਜੀ ਹਾਂ ਪਟਿਆਲੇ ਵਾਲੀ ਮਾਸੀ ਕੋਲ ਤਾਂ ਰਹਿ ਲਏ ਹੁਣ ਚਲੋ ਇੱਕ ਦੋ ਵਾਰੀ ਹਾਂਜੀ ਹਾਂ ਪਹਿਲਾਂ ਨਹੀਂ ਬਸ ਜਾਣਾ ਮਿਲ ਕੇ ਜਦੇ ਮੁੜਿਆ ਆਉਣਾ